ਪੂਰੇ ਪੈਰਿਸ ਓਲੰਪਿਕਸ ਦੇ ਦੌਰਾਨ ਇੱਕ ਚਿਹਰਾ ਵੱਖਰੇ ਤੌਰ ਤੇ ਦੇਖਿਆ ਗਿਆ, ਉਸ ਨੂੰ ਵੱਖਰੀ ਪਹਿਚਾਣ ਵਜੋਂ ਮਾਣ ਮਿਲਿਆ। ਉਹ ਚਿਹਰਾ ਜਰਮਨਪ੍ਰੀਤ ਸਿੰਘ, ਹਾਕੀ ਖਿਡਾਰੀ ਭਾਰਤ ਦਾ ਤੇ ਪੰਜਾਬ ਦਾ ਇਹ ਚਿਹਰਾ ਸਿੱਖੀ ਸਰੂਪ ਦੇ ਵਿੱਚ। ਜਰਮਨਪ੍ਰੀਤ, ਜਦੋਂ ਪੈਰਿਸ ਓਲੰਪਿਕਸ ਦੇ ਵਿੱਚ ਜਾ ਕੇ ਤੁਸੀਂ ਖੇਡੇ ਔਰ ਇਸ ਚਿਹਰੇ ਨੂੰ ਪੂਰੀ ਦੁਨੀਆ ਨੇ ਵੱਖਰੇ ਤੌਰ ਤੇ, ਉੱਥੇ ਮਿਲਦਾ ਹਜ਼ਾਰਾਂ ਪਲੇਅਰ ਹੋਣਗੇ, ਉਹਨਾਂ ਦੇ ਵਿੱਚ ਇਹ ਵੱਖਰਾ ਚਿਹਰਾ ਸਿੱਖੀ ਸਰੂਪ 'ਚ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ। ਜਦੋਂ ਆਪਾਂ ਕਿਸੇ ਏਡੇ ਉੱਚੇ ਲੈਵਲ 'ਤੇ ਜਾ ਕੇ ਔਰ ਆਪਣੇ ਸਰੂਪ ਵਿੱਚ ਰਹਿ ਕੇ ਖੇਡਦੇ ਹਾਂ, ਇੱਕ ਪਲੇਅਰ ਲਈ ਬੜੀ ਵੱਡੀ ਗੱਲ ਹੁੰਦੀ ਆ। ਸੋ ਮੇਰੇ ਲਈ ਵੀ ਬਹੁਤ ਮਾਣ ਵਾਲੀ ਗੱਲ ਆ ਕਿ ਮੈਂ ਇਸ ਲੈਵਲ 'ਤੇ ਜਾ ਕੇ ਆਪਣੇ ਸਰੂਪ ਵਿੱਚ ਖੇਡਿਆ। ਅੱਛਾ, ਜਦੋਂ ਤੁਸੀਂ ਉੱਥੇ ਐਂਟਰੀ ਕੀਤੀ ਜਾਂ ਜਦੋਂ ਤੁਸੀਂ ਗਰਾਊਂਡ 'ਤੇ ਉਤਰੇ ਤਾਂ ਸਭ ਨੇ ਤੁਹਾਨੂੰ ਨੋਟਿਸ ਕੀਤਾ ਹੋਵੇਗਾ। ਇੱਕ ਖਿਡਾਰੀ ਦੇ ਲਈ ਉੱਥੇ ਖੇਡਣਾ ਹੀ ਵੱਡੀ ਗੱਲ ਹੈ, ਪਰ ਇੱਕ ਵੱਖਰੇ ਚਿਹਰੇ ਨਾਲ ਸਿੱਖੀ ਸਰੂਪ, ਜੋ ਗੁਰੂਆਂ ਦੀ ਬਖਸ਼ਿਸ਼, ਉਸ ਚਿਹਰੇ ਦੇ ਨਾਲ ਜਦੋਂ ਉੱਥੇ ਖੇਡੇ, ਉਸ ਮੈਦਾਨ 'ਚ ਉਤਰੇ ਤਾਂ ਉੱਥੇ ਆਸੇ ਪਾਸੇ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਕਿਸ ਤਰ੍ਹਾਂ ਦੇਖ ਰਹੀਆਂ ਸੀ ਜਰਮਨਪ੍ਰੀਤ ਹੋਰਾਂ ਨੂੰ? ਦੇਖੋ, ਬਿਲਕੁਲ, ਜਦੋਂ ਆਪਾਂ ਇੱਕ ਡਿਫਰੈਂਟ ਲੁੱਕ ਲੈ ਕੇ ਜਾਂ ਏਡੇ ਵੱਡੇ ਮੁਕਾਮ 'ਤੇ ਪਹੁੰਚਦੇ ਹਾਂ, ਕਈਆਂ ਨੇ ਆਪਾਂ ਨੂੰ ਆਪਣੀ ਇਸ ਪਹਿਚਾਣ ਨੂੰ ਕਦੀ ਦੇਖਿਆ ਵੀ ਨਹੀਂ ਹੋਵੇਗਾ। ਕਦੀ ਸੰਸਾਰ ਦੇ ਵਿੱਚ ਕਈ ਕੰਟਰੀਆਂ ਵੀ ਇੱਦਾਂ ਹੋਣਗੀਆਂ ਵੀ ਜਿਨ੍ਹਾਂ ਨੇ ਆਪਾਂ ਨੂੰ ਕਦੀ ਇਸ ਚੀਜ਼ ਨਾਲ ਦੇਖਿਆ ਵੀ ਨਹੀਂ ਹੋਵੇਗਾ। ਜਦੋਂ ਦੇਖਣਗੇ ਤਾਂ ਜ਼ਰੂਰ ਕਿਤੇ ਨਾ ਕਿਤੇ ਫੀਲ ਕਰਨਗੇ ਵੀ ਇਹ ਕਿੱਥੋਂ ਆਏ ਨੇ, ਹੈ ਨਾ, ਕਿਹੜੀ ਕੰਟਰੀ ਦੇ ਨੇ। ਸੋ ਬੜੀ ਵੱਡੀ ਗੱਲ ਆ ਸਾਡੇ ਲਈ ਇਹ ਕਿ ਆਪਾਂ ਆਪਣੀ ਪਛਾਣ ਨੂੰ ਇਸ ਜਗ੍ਹਾ ਤੱਕ ਲੈ ਕੇ ਗਏ। ਅੱਛਾ, ਤੁਸੀਂ ਉੱਥੇ ਬਾਕੀ ਤਾਂ ਸ਼ਾਇਦ ਖਿਡਾਰੀ ਆਪਦੇ ਦੇਸ਼ ਨੂੰ ਰਿਪ੍ਰੈਜੈਂਟ ਕਰ ਰਹੇ ਸੀ, ਦੇਸ਼ ਦੇ ਨਾਮ ਨਾਲ ਜਾ ਰਹੇ ਸੀ, ਪਰ ਤੁਸੀਂ ਉੱਥੇ ਦੋ ਪਹਿਚਾਣ, ਇੱਕ ਦੇਸ਼ ਦੀ ਇੱਕ ਧਰਮ ਦੀ, ਦੋ ਪਹਿਚਾਣ ਲੈ ਕੇ ਜਾ ਰਹੇ ਸੀ ਤਾਂ ਕਿਤੇ ਨਾ ਕਿਤੇ ਆਪਣੇ ਆਪ ਨੂੰ ਕੁਝ ਉਹ ਅੰਦਰ ਫੀਲ ਆਇਆ ਕਿ ਗੁਰੂਆਂ ਨੇ ਜੇ ਬਖਸ਼ਿਸ਼ ਕੀਤੀ ਔਰ ਤੁਹਾਨੂੰ ਮੌਕਾ ਵੀ ਦਿੱਤਾ, ਦੋ ਮੌਕੇ ਦਿੱਤੇ, ਇੱਕ ਖੇਡਣ ਦਾ, ਦੂਜਾ ਤੁਹਾਡੀ ਪਹਿਚਾਣ ਨੂੰ, ਤੁਹਾਡੇ ਧਰਮ ਨੂੰ ਰਿਪ੍ਰੈਜੈਂਟ ਕਰਨ ਦਾ? ਬਿਲਕੁਲ, ਸਭ ਤੋਂ ਵੱਡੀ ਗੱਲ ਤਾਂ ਪਲੇਅਰ ਲਈ ਹੀ ਹੁੰਦਾ ਕਿ ਜਦੋਂ ਆਪਣੇ ਦੇਸ਼ ਲਈ ਐਡੇ ਵੱਡੇ ਮੁਕਾਮ 'ਤੇ ਰੀਪ੍ਰਜੈਂਟ ਕਰਦਾ। ਸੋ ਮੇਰੇ ਲਈ ਵੀ ਬਹੁਤ ਮਾਣ ਵਾਲੀ ਗੱਲ ਸੀ ਕਿ ਮੈਂ ਆਪਣੇ ਦੇਸ਼ ਲਈ ਐਡੇ ਵੱਡੇ ਪੱਧਰ 'ਤੇ ਜਾ ਕੇ ਰੀਪ੍ਰਜੈਂਟ ਕੀਤਾ, ਔਰ ਉਸ ਤੋਂ ਵੱਡੀ ਮਾਣ ਵਾਲੀ ਗੱਲ ਹੋ ਜਾਂਦੀ ਕਿ ਆਪਾਂ ਆਪਣੇ ਧਰਮ ਦੇ ਵਿੱਚ ਰਹਿ ਕੇ ਆਪਣੇ ਧਰਮ ਨੂੰ ਵੀ ਰੀਪ੍ਰਜੈਂਟ ਕਰਦੇ ਹਾਂ ਨਾਲ, ਬਿਕੋਜ਼ ਇਹ ਸਾਡੀ ਕਮਿਊਨਿਟੀ ਆ, ਕਮਿਊਨਿਟੀ ਆਪਣੀ ਨੂੰ ਅੱਗੇ ਵਧਾਉਣਾ ਚਾਹੀਦਾ। ਸੋ ਉਹਦੇ ਨਾਲ ਹੀ ਕਮਿਊਨਿਟੀ ਦਾ ਪ੍ਰਚਾਰ ਵੀ ਵੱਧਦਾ ਉਸ ਚੀਜ਼ ਦਾ। ਅੱਛਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋਈ ਤੁਹਾਡੇ ਇਸ ਸਰੂਪ ਨੂੰ ਲੈ ਕੇ, ਕੋਈ ਤੁਹਾਨੂੰ ਕਿਸੇ ਨੇ ਆ ਕੇ ਰਿਕੋਗਨਾਈਜ਼ ਕੀਤਾ ਹੋਵੇ ਜਾਂ ਇਸ ਪਹਿਚਾਣ ਬਾਰੇ ਪੁੱਛਿਆ ਹੋਵੇ ਕਿ ਤੁਸੀਂ ਵੱਖਰੇ ਕਿਵੇਂ ਆ ਸਾਰਿਆਂ ਤੋਂ? ਬਿਲਕੁਲ, ਹਾਂਜੀ, ਮਿਲਦੇ ਵੀ ਆ ਲੋਕ ਸਾਨੂੰ ਇੱਦਾਂ ਕਿ ਤੁਸੀਂ, ਮਤਲਬ ਹੋਈ ਸੀ ਇੰਸੀਡੈਂਟ, ਹੋਏ ਸੀਗੇ, ਪੁੱਛਦੇ ਆ ਲੋਕ, ਜਦੋਂ ਉਹਨਾਂ ਨੂੰ ਦੱਸੀਦਾ ਉਹ ਜਾ ਕੇ ਸਰਚ ਕਰਦੇ ਇਹਨਾਂ ਚੀਜ਼ਾਂ 'ਤੇ, ਅਤੇ ਜਦੋਂ ਸਰਚ ਕਰਕੇ ਆਉਂਦੇ ਉਹਨਾਂ ਨੂੰ ਆਪਣੀ ਕਮਿਊਨਿਟੀ ਬਾਰੇ ਹੋਰ ਪਤਾ ਚੱਲਦਾ ਤਾਂ ਉਹਨਾਂ ਨੂੰ ਵੀ ਵਧੀਆ ਲੱਗਦਾ। ਅੱਛਾ, ਜਹਿਦਰ ਸਾਹਿਬ ਨੇ ਵੀ ਤੁਹਾਡੇ ਇਸ ਸਰੂਪ ਦੇ ਵਿੱਚ ਖੇਡਣ ਨੂੰ ਲੈ ਕੇ ਤੁਹਾਡਾ ਜ਼ਿਕਰ ਕੀਤਾ, ਤੁਹਾਡੀ ਸਰਾਹਣਾ ਕੀਤੀ, ਤੁਹਾਡੇ ਲਈ ਇੱਕ ਹੌਸਲਾ ਅਫਜ਼ਾਈ ਕਹਾਂਗੇ, ਇੱਕ ਮਾਣ ਵੀ ਐਲਾਨ ਕਰਨ ਦਾ ਉਹਨਾਂ ਨੇ ਐਲਾਨ ਕੀਤਾ ਉਸ ਵੇਲੇ, ਕਿਉਂਕਿ ਬਾਕੀ ਖਿਡਾਰੀਆਂ ਨੂੰ ਦੇਸ਼ ਵੱਲੋਂ ਜਾਂ ਸੂਬੇ ਵੱਲੋਂ ਤਾਂ ਮਾਣ ਮਿਲ ਰਿਹਾ, ਪਰ ਜਦੋਂ ਧਰਮ ਵਾਲੇ ਪਾਸਿਓਂ ਵੀ ਤੁਹਾਡੀ ਕੌਮ ਦੇ ਜਥੇਦਾਰ ਤੁਹਾਡਾ ਜ਼ਿਕਰ ਕਰਨ, ਉਦੋਂ ਕਿਸ ਤਰ੍ਹਾਂ ਦੀਆਂ ਚੀਜ਼ਾਂ ਫਿਰ ਚੱਲਦੀਆਂ? ਬਿਲਕੁਲ, ਜਥੇਦਾਰ ਸਾਹਿਬ ਨੇ ਜਦੋਂ ਅਸੀਂ ਜਿੱਦਣ ਉਤਰੇ ਸੀਗੇ ਉਦਣ ਵੀ ਸਾਨੂੰ ਮਾਨ ਸਨਮਾਨ ਦਿੱਤਾ ਸਾਰੀ ਟੀਮ ਨੂੰ, ਔਰ ਬਾਅਦ 'ਚ ਵੀ ਮੈਨੂੰ ਮਾਨ ਸਨਮਾਨ ਦੇਣ ਦੀ ਉਹਨਾਂ ਨੇ ਅਨਾਊਂਸਮੈਂਟ ਕੀਤੀ ਹੋਈ ਆ। ਸੋ ਬਹੁਤ ਵੱਡੀ ਗੱਲ ਹੁੰਦੀ ਆ ਜਦੋਂ ਤੁਹਾਡੇ ਮੇਨ ਤੁਹਾਡੇ ਜਥੇਦਾਰ ਤੁਹਾਨੂੰ ਆ ਕੇ ਇੱਦਾਂ ਮਿਲਣ ਔਰ ਮਾਨ ਸਨਮਾਨ ਦੇਣ, ਪਲੇਅਰ ਲਈ ਇਸ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਆਈ ਥਿੰਕ ਕੋਈ।
ਅੱਛਾ, ਕਈ ਵਾਰ ਜਿੱਦਾਂ ਜਦੋਂ ਖੇਡਦੇ ਹਾਂ ਗਰਾਊਂਡ ਦੇ ਵਿੱਚ ਤਾਂ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ, ਕਈ ਖੇਡਾਂ ਦੇ ਵਿੱਚ ਸ਼ਾਇਦ ਉਸ ਸਰੂਪ ਦੇ ਨਾਲ ਵੀ ਦਿੱਕਤ ਆਉਂਦੀ ਹੋਵੇ, ਤੁਹਾਨੂੰ ਕਿਤੇ ਨਾ ਕਿਤੇ ਥੋੜ੍ਹੀਆਂ ਬਹੁਤੀਆਂ ਚੁਣੌਤੀਆਂ, ਥੋੜ੍ਹੇ ਬਹੁਤੇ ਚੈਲੇਂਜਸ ਦਾ ਸਾਹਮਣਾ ਕਰਨਾ ਪਿਆ, ਜਾਂ ਕਿਸ ਤਰ੍ਹਾਂ ਦਾ ਤਜਰਬਾ, ਕਿਉਂਕਿ ਤੁਸੀਂ ਤਾਂ ਖੇਡਦੇ ਲੰਬੇ ਟਾਈਮ ਤੋਂ ਆ ਰਹੇ ਹੋ? ਬਿਲਕੁਲ ਬਿਲਕੁਲ, ਮੈਨੂੰ ਅੱਜ ਤੱਕ ਇਸ ਚੀਜ਼ ਕਦੀ ਵੀ ਕੋਈ ਵੀ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ, ਕਿਉਂਕਿ ਮੈਂ ਕਾਫੀ ਲੰਮੀ ਹਾਕੀ 15 ਸਾਲ ਹੋ ਗਏ ਮੈਨੂੰ ਹਾਕੀ ਖੇਡਦੇ ਨੂੰ, ਬਟ ਅੱਜ ਤੱਕ ਮਾਨ ਸਮਾਨ ਵਧੀਆ ਵਾ, ਕਦੀ ਚੁਣੌਤੀ ਨਹੀਂ ਕੋਈ ਆਉਣ ਦਿੱਤੀ ਮਹਾਰਾਜ ਨੇ। ਸੋ ਮੈਂ ਮਹਾਰਾਜ ਦਾ ਸ਼ੁਕਰ ਕਰਦਾ ਕਿ ਮੈਨੂੰ ਉਹਨਾਂ ਨੇ ਇੰਨੀ ਮਾਨ ਸਮਾਨ ਦੇਣ ਦੇ ਇੱਕ ਮਤਲਬ ਜ਼ਰੀਆ ਮੈਂ ਹੀ ਮਤਲਬ ਬਣਾਇਆ, ਮੈਨੂੰ ਵੀ ਉਹਨਾਂ ਨੇ ਮਾਰੇ ਨੇ, ਹੈ ਨਾ, ਇਸ ਚੀਜ਼ ਵਿੱਚ। ਸੋ ਮੈਂ ਮਹਾਰਾਜ ਦਾ ਧੰਨਵਾਦ ਹੀ ਕਰਦਾ ਇਸ ਚੀਜ਼ ਦਾ। ਅੱਛਾ, ਜਿਸ ਖੇਡ ਨੇ ਤੁਹਾਨੂੰ ਉੱਥੋਂ ਤੀਕਰ ਪਹੁੰਚਾਇਆ, ਤਾਂ ਜਦੋਂ ਉੱਥੇ ਗਏ ਸੀ ਉਦੋਂ ਜ਼ਹਿਨ ਦੇ ਵਿੱਚ ਕੀ ਕੁਝ ਚੱਲ ਰਿਹਾ ਸੀ? ਉਦੋਂ ਲੱਗਦਾ ਸੀ ਕਿ ਜਰਮਨਪ੍ਰੀਤ ਸਿੰਘ, ਹਾਲਾਂਕਿ ਉਦੋਂ ਵੀ ਤੁਹਾਨੂੰ ਬਹੁਤ ਲੋਕ ਇੱਕ ਅੱਛੇ ਖਿਡਾਰੀ ਦੇ ਤੌਰ 'ਤੇ ਜਾਣਦੇ ਸੀ, ਪਰ ਇਹ ਜਰਮਨਪ੍ਰੀਤ ਸਿੰਘ ਜਿਹੜੇ ਜਾ ਰਹੇ ਨੇ ਉਹ ਓਲੰਪੀਅਨ ਦੇ ਤੌਰ 'ਤੇ ਉੱਥੋਂ ਆਉਣਗੇ, ਮੈਡਲ ਲੈ ਕੇ ਆਉਣਗੇ, ਇੱਕ ਅੱਛੀ ਪੁਜੀਸ਼ਨ 'ਤੇ ਦੇਸ਼ ਹੈ ਜਿਹੜਾ ਉਹ ਆਪਦਾ ਮੁਕਾਮ ਹਾਸਲ ਕਰੇਗਾ, ਉਸ ਵੇਲੇ ਜ਼ਹਿਨ ਦੇ ਵਿੱਚ ਕੀ ਕੁਝ ਸੀ? ਬਿਲਕੁਲ, ਜਦੋਂ ਅਸੀਂ ਗਏ ਸੀਗੇ ਸਾਡੇ ਦਿਮਾਗ ਦੇ ਵਿੱਚ ਮਨਾਂ 'ਚ ਇਹੀ ਸੀਗਾ ਕਿ ਅਸੀਂ ਮੈਡਲ ਲੈ ਕੇ ਆਉਣਾ। ਸੋ ਸਾਡੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ, ਇਹ ਅਸੀਂ ਦੱਸ ਸਕਦੇ ਹਾਂ ਪਲੇਅਰ ਕਿ ਕਿੰਨੀ ਮਿਹਨਤ ਹੋਈ ਇਸ ਚੀਜ਼ ਪਿੱਛੇ। ਸੋ ਅਸੀਂ ਮੈਡਲ ਲੈ ਕੇ ਆਏ ਹਾਂ, ਇਹਦੇ ਲਈ ਸਾਤੋਂ ਇਸ ਤੋਂ ਵੱਡੀ ਸਾਡੇ ਲਈ ਕੋਈ ਗੱਲ ਨਹੀਂ ਹੈਗੀ ਕਿ ਮੈਡਲ ਲੈ ਕੇ ਆਉਣਾ ਐਡੇ ਵੱਡੇ ਓਲੰਪਿਕਸ ਲੈਵਲ ਦੇ ਵਿੱਚ, ਇੱਕ ਬਹੁਤ ਵੱਡੀ ਗੱਲ ਆਈ ਸੀ। ਅੱਛਾ, 8 ਖਿਡਾਰੀ ਆਪਣੇ ਗਏ, ਔਰ ਵੱਡੀ ਗੱਲ ਇਹ ਕਿ ਜਲੰਧਰ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਇਸ ਪੂਰੇ ਇਲਾਕੇ ਤੋਂ ਜਿਹੜੇ ਹੈਗੇ ਸਾਰੇ ਖਿਡਾਰੀ, ਤੁਸੀਂ ਚਾਰ ਮਿਲੋ, 4 ਜਲੰਧਰ, 4 ਅੰਮ੍ਰਿਤਸਰ ਸਾਹਿਬ ਤੋਂ, ਅਤੇ ਪੰਜਾਬ ਦੇ ਬਾਕੀ ਹਿੱਸੇ ਜਿਵੇਂ ਅਸੀਂ ਮਲਵਈ ਇੱਧਰ ਫਰੀਦਕੋਟ ਵਾਲੇ ਪਾਸੇ ਜਾਂ ਬਾਕੀ, ਤੁਹਾਨੂੰ ਲੱਗਦਾ ਹੈ ਕਿ ਹੁਣ ਤੁਹਾਨੂੰ ਥੋੜ੍ਹੀ ਜਿਹੀ ਪਹਿਲ ਕਰਕੇ ਜੇ ਕੋਈ ਇਨੀਸ਼ੀਏਟਿਵ ਦਾ ਪਹਿਲਾਂ ਕਮੀ ਰਹਿ ਗਈ ਆ, ਤਾਂ ਬਾਕੀ ਇਲਾਕਿਆਂ ਦੇ ਵਿੱਚ ਕਿਉਂ ਕਮੀ ਰਹਿ ਗਈ ਆ, ਉਸ ਪਾਸੇ ਵੀ ਝੱਕਣ ਦੀ ਲੋੜ ਆ ਅਤੇ ਝੱਕਣਾ ਪਏਗਾ? ਬਿਲਕੁਲ, ਫਸਟ ਆਫ ਆਲ ਮੇਰਾ ਤਾਂ ਇਹ ਮੰਨਣਾ ਵਾ ਕਿ ਸਭ ਤੋਂ ਪਹਿਲਾਂ ਅਸੀਂ ਆਪਣੇ ਦੇਸ਼ ਨੂੰ ਰੀਪ੍ਰਜੈਂਟ ਕਰਦੇ ਹਾਂ ਉੱਥੇ ਉਸ ਜਗ੍ਹਾ 'ਤੇ ਜਾ ਕੇ, ਫਿਰ ਆਪਾਂ ਆਪਣੇ ਪੰਜਾਬ ਨੂੰ ਰੀਪ੍ਰਜੈਂਟ ਕਰਦੇ ਹਾਂ, ਫਿਰ ਕਿਤੇ ਜਾ ਕੇ ਗਾਂਹ ਆਪਣੇ ਆਪ ਨੂੰ, ਪਰ ਸਾਡੇ ਲਈ ਸਭ ਤੋਂ ਵੱਡੀ ਗੱਲ ਹੈ ਕਿ ਆਪਾਂ ਪੰਜਾਬ ਨੂੰ ਰੀਪ੍ਰਜੈਂਟ ਕਰ ਰਹੇ ਹਾਂ, ਪੰਜਾਬ ਦੇ ਇੰਨੇ ਪਲੇਅਰ ਹਾਂ ਔਰ ਦੇਸ਼ ਦੇ ਲਈ ਐਡਾ ਵੱਡਾ ਮੈਡਲ ਲੈ ਕੇ ਆਏ ਹਾਂ। ਸੋ ਜ਼ਰੂਰ ਇਸ ਚੀਜ਼ ਦਾ ਪਲੇਅਰਾਂ ਨੂੰ ਔਰ ਬਾਕੀ ਪਲੇਅਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਵਾ, ਦੇਖਣਾ ਚਾਹੀਦਾ ਵਾ ਵੀ ਕਿੱਦਾਂ ਗੇਮਾਂ ਚੱਲਦੀਆਂ ਵਾ। ਸੋ ਇਹ ਜਿਹੜੇ ਪ੍ਰੋਗਰਾਮਸ ਹੁੰਦੇ ਇਸ ਲਈ ਹੁੰਦੇ ਆ ਕਿ ਹੋਰ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਹੋਰ ਉਤਸ਼ਾਹਿਤ ਹੋਣ, ਜਿੰਨਾ ਕਿ ਅਸੀਂ ਅੱਗੇ ਆ ਕੇ ਕੋਈ ਨਾ ਕੋਈ ਗੇਮ ਜ਼ਰੂਰ ਕਰੀਏ। ਪੰਜਾਬ ਸਰਕਾਰ ਦੇ ਵੱਲੋਂ ਮਾਨ ਸਨਮਾਨ ਕੀਤਾ ਗਿਆ, ਉਹਨਾਂ ਨੇ ਤੁਹਾਡੇ ਲਈ ਇੱਕ ਸਨਮਾਨ ਰਾਸ਼ੀ ਦੇ ਤੌਰ 'ਤੇ ਕਹਾਂਗੇ, ਔਰ ਇਸ ਤਰ੍ਹਾਂ ਦਾ ਮਾਨ ਸਨਮਾਨ ਜਦੋਂ ਮਿਲਦਾ ਕੀ ਕੁਝ ਕਿਸ ਤਰ੍ਹਾਂ ਦੀ ਕਹਾਂਗੇ ਸਪੋਰਟ ਮਿਲਦੀ ਹੈ, ਕਿਉਂਕਿ ਇਹਨਾਂ ਖੇਡਾਂ 'ਚ ਇੱਥੋਂ ਤੀਕਰ ਪਹੁੰਚਣਾ ਵੀ ਸ਼ਾਇਦ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ, ਔਰ ਦੇਸ਼ ਤੋਂ ਕੀ ਉਮੀਦ ਕਰਦੇ ਹੋ, ਸੂਬੇ ਤੋਂ ਕਿੰਨੀਆਂ ਕੁ ਉਮੀਦਾਂ ਕਰਦੇ ਹੋ? ਬਿਲਕੁਲ ਬਿਲਕੁਲ, ਇੱਕ ਪਲੇਅਰ ਨੂੰ ਇੰਨਾ ਵੱਡਾ ਸਨਮਾਨ ਮਿਲਣਾ ਬਹੁਤ ਵੱਡੀ ਗੱਲ ਹੁੰਦੀ ਆ, ਅਤੇ ਅਸੀਂ ਇਹੀ ਅਪੀਲ ਕਰਦੇ ਹਾਂ ਆਪਣੇ ਪੰਜਾਬ ਸਰਕਾਰ ਨੂੰ ਕਿ ਹੋਰ ਵੱਧ ਤੋਂ ਵੱਧ ਪੰਜਾਬ 'ਚ ਸਪੋਰਟਸ ਦਾ ਧਿਆਨ ਦਿੱਤਾ ਜਾਵੇ, ਗਰਾਊਂਡਾਂ ਬਣਾਈਆਂ ਜਾਣ, ਪਲੇਅਰਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤਾਂ ਕਿ ਜੋ ਹੋਰ ਪਲੇਅਰ ਅੱਗੇ ਆ ਸਕਣ ਅਤੇ ਆਪਣੇ ਦੇਸ਼ ਦਾ, ਆਪਣੇ ਪੰਜਾਬ ਦਾ ਅਤੇ ਆਪਣੇ ਸੂਬੇ ਦਾ ਨਾਮ ਰੋਸ਼ਨ ਕਰਨਾ। ਅੱਛਾ, ਜਦੋਂ ਤੁਸੀਂ ਉੱਥੇ ਮੈਡਲ ਜਿੱਤ ਲਿਆ ਤਾਂ ਪੰਜਾਬ ਦੇ ਮੁੱਖ ਮੰਤਰੀ ਨਾਲ ਵੀ ਗੱਲ ਹੁੰਦੀ ਹੈ, ਪ੍ਰਧਾਨ ਮੰਤਰੀ ਤੱਕ ਦੇ ਫੋਨ ਆਉਂਦੇ ਨੇ, ਤਾਂ ਗੱਲ ਉਹ ਤਾਂ ਬਹੁਤ ਵੱਡੀ ਹੋ ਜਾਂਦੀ ਹੈ। ਬਿਲਕੁਲ ਬਿਲਕੁਲ, ਗੱਲ ਤਾਂ ਜ਼ਰੂਰ ਵੱਡੀ ਹੋ ਜਾਂਦੀ ਹੈ, ਕਿਉਂਕਿ ਪਹਿਲੀ ਗੱਲ ਤਾਂ ਵੱਡੀ ਉਦੋਂ ਹੋ ਜਾਂਦੀ ਜਦੋਂ ਆਪਾਂ ਦੇਸ਼ ਲਈ ਮੈਡਲ ਜਿੱਤਦੇ ਹਾਂ, ਅਤੇ ਦੂਜੀ ਗੱਲ ਇਹ ਹੋ ਜਾਂਦੀ ਹੈ ਕਿ ਜਦੋਂ ਤੁਹਾਨੂੰ ਤੁਹਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਤੁਹਾਡੇ ਸੂਬੇ ਦਾ CM ਤੁਹਾਨੂੰ ਮੈਸੇਜ ਕਰਕੇ ਵਧਾਈ ਦੇਵੇ, ਸੋ ਇਹ ਵੀ ਇੱਕ ਮਾਣ ਵਾਲੀ ਗੱਲ ਹੁੰਦੀ ਹੈ। ਕਿ ਲਾਸਟ ਦੇ ਵਿੱਚ ਮੈਂ ਚਾਹੂੰਗਾ ਕਿ ਜਿਹੜੇ ਨੌਜਵਾਨ ਨੇ ਤੁਹਾਨੂੰ ਦੇਖ ਰਹੇ ਹੋਣਗੇ, ਉਹਨਾਂ ਨੂੰ ਪ੍ਰੇਰਿਤ ਕਰਨ ਦੇ ਲਈ ਕੀ ਕਹਿਣਾ ਚਾਹੂੰਗਾ? ਬਿਲਕੁਲ, ਮੇਰਾ ਇਹੀ ਸੁਨੇਹਾ ਸਾਰਿਆਂ ਨੂੰ ਕਿ ਆਪਣਾ ਨਸ਼ਿਆਂ ਨੂੰ ਛੱਡੋ, ਆਪਣਾ ਸਪੋਰਟਸ ਕਰੋ, ਕੋਈ ਨਾ ਕੋਈ ਗੇਮ ਜ਼ਰੂਰ ਕਰੋ,
ਅਤੇ ਆਪਣੇ ਮਾਂ ਪਿਓ ਦਾ ਸਤਿਕਾਰ ਕਰੋ, ਵੱਡਿਆਂ ਦਾ ਸਤਿਕਾਰ ਕਰੋ ਅਤੇ ਆਪਣਾ ਨਸ਼ਿਆਂ ਤੋਂ ਦੂਰ ਰਹਿ ਕੇ, ਵਾਂਝੇ ਰਹਿ ਕੇ ਕਿਸੇ ਵੀ ਫੀਲਡ 'ਚ ਜਾਂ ਤਾਂ ਆਪਣੇ ਆਪ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰੋ।